ਗੁਰਸਿੱਖ ਦੀ ਸ਼ਰਧਾ ਹੁੰਦੀ ਆ। ਅਸੀਂ ਸੁਬਹਾ ਸ਼ਾਮ ਦਰਬਾਰ ਸਾਹਿਬ ਜਾਂਦੇ ਸੀ, ਸੁਬਹਾ ਕਲ ਤਖ਼ਤ ਜਾਂਦੇ ਸੀ, ਸ਼ਾਮ ਨੂੰ ਇਸ਼ਨਾਨ ਕਰਕੇ ਦਰਬਾਰ ਸਾਹਿਬ ਰਹਿ ਰਹਿ ਦੇ ਟਾਈਮ ਉੱਥੇ ਜਾਂਦੇ ਸੀ। ਅਤੇ ਅਸੀਂ ਥੋੜ੍ਹੀ ਜਿਹੀ ਬੇਨਤੀ ਕੀਤੀ ਵੀ ਜਿਹੜੇ ਸੇਵਾਦਾਰ ਵੀ ਆਪਣੀ ਸੰਗਤ ਸਿੱਖ ਸੰਗਤ ਆਉਂਦੀ ਆ ਵੀ ਸਾਡੇ ਸੰਸਾਰ ਭਰ ਦਾ ਐਡਾ ਅਜੂਬਾ ਹੈ ਵੀ ਦਰਸ਼ਨ ਕਰਨ ਗੁਰੂ ਘਰ ਦਾ ਐਡੇ ਰਾਮਦਾਸ ਜੀ ਦੇ, ਉਹ ਸਾਰਿਆਂ ਨੂੰ 10 ਮਿੰਟ ਬੈਠਣ ਦਾ ਮੌਕਾ ਦਿੱਤਾ ਜਾਵੇ ਸੰਗਤ ਨੂੰ ਸੁਣਨ ਦਾ। ਪਰ ਉੱਥੇ ਇਹ ਸਿਸਟਮ ਆ ਜੀ, ਉੱਥੇ ਜਿਹੜੇ ਉਹਨਾਂ ਦੇ 15-20 ਬੀਬੀਆਂ 15-20 ਬੰਦੇ ਪੱਕੇ ਤੌਰ 'ਤੇ ਉਹਨਾਂ ਨੂੰ ਹੀ ਥਾਂ ਬੈਠਣ ਦਿੱਤਾ ਜਾਂਦਾ। ਜਿਹੜੇ ਕਿ ਸੇਵਾਦਾਰ ਪੱਕੇ ਲਾਏ ਆ ਉਹ ਆਮ ਬੰਦੇ ਨਹੀਂ ਜੀ। ਇਹ ਤੁਸੀਂ ਉਹਦੀ ਗੱਲ ਕਰਦੇ ਜਿੱਥੇ ਦਰਬਾਰ ਮੁੱਖ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਜਿੱਥੇ ਕੀਰਤਨ ਹੁੰਦਾ ਗੁਰੂ ਮਹਾਰਾਜ ਦੇ ਆਲੇ ਦੁਆਲੇ ਜਿਹੜੀ ਜਗ੍ਹਾ ਸੰਗਤ ਬੈਠਦੀ ਆ ਜੀ। ਅਸੀਂ ਵੀ ਸਾਨੂੰ ਵੀ 2 ਦਿਨ ਧੱਕੇ ਮਾਰੇ ਗਏ। ਅਸੀਂ ਤਾਂ ਇਹੀ ਬੇਨਤੀ ਕਰਦੇ ਸੀ ਵੀ ਜਿਹੜੀ ਦੂਰ ਤੋਂ ਸੰਗਤ ਆਉਂਦੀ ਆ ਦਿੱਲੀ ਤੋਂ ਜਾਂ ਕਿਤੇ ਵੀ ਬਾਹਰ ਤੋਂ, ਉਹ ਸੰਗਤ ਨੂੰ ਵੀ ਥੋੜ੍ਹਾ ਜਿਹਾ ਵੀ ਜਾਣੀ ਚੱਲ ਕੇ ਵੀ 10 ਮਿੰਟ ਬੈਠਣ ਦਾ ਜਾਣੀ ਸੇਮ ਮੌਕਾ ਦਿੱਤਾ ਜਾਵੇ। ਚਲੋ ਅਗਲੇ ਦੇ ਮਨ ਨੂੰ ਸ਼ਾਂਤ ਹੋ ਜਾਂਦੀ ਵੀ ਐਡੇ ਸੰਸਾਰ ਦੇ ਗੁਰੂ ਘਰ 'ਚ ਆਏ। ਪਰ ਉੱਥੇ ਨਹੀਂ ਜੀ ਹੋ ਰਿਹਾ, ਉੱਥੇ ਬੜਾ ਸਾਨੂੰ ਤਾਂ ਜੀ 30 ਜੁਲਾਈ ਨੂੰ ਸ਼ਾਮ ਨੂੰ 6:30 ਵਜੇ ਅਸੀਂ 5 ਵਜੇ ਐਂਟਰ ਹੋਇਆ ਜੀ ਅੰਦਰ, 6:30 ਵਜੇ ਬਾਹਰ ਲੈ ਕੇ ਜਦੋਂ ਦੇਖ ਲਈ ਆ, ਦੇਖ ਲਿਆ ਕੇ ਸਾਨੂੰ ਜੀ ਇੱਕ ਇਹੋ ਜਿਹੇ ਝੜਸਾ ਲੈ ਕੇ ਉਹਨਾਂ ਨੇ ਸਾਨੂੰ 50 ਰੂਮ 'ਚ ਲੈ ਗਏ। ਚਲੋ ਜੀ ਚਲੋ ਕਰਕੇ ਜਦੋਂ ਧੱਕਾ ਦੇ ਕੇ ਜਦੋਂ ਅਸੀਂ ਅੰਦਰ ਗਏ, ਸਾਡੀ ਜਾਂਦਿਆਂ ਸਾਰ ਹੀ ਉਹ 7-8 ਬੰਦੇ ਸੀਗੇ ਜੀ ਮੌਕੇ 'ਤੇ, ਇੰਨੀ ਕੁੱਟਮਾਰ ਕੀਤੀ। ਮੇਰੀ 53 ਸਾਲ ਦੀ ਉਮਰ ਆ, ਮੈਂ ਗੁਰਸਿੱਖ ਹਾਂ ਜੀ, ਮੇਰੇ ਆ ਦਾਤਰਾ ਸਾਹਿਬ ਪਾਇਆ ਉਹਨਾਂ ਨੇ ਮੇਰਾ ਜੀ ਆਹ ਫੀਚ ਕੱਢ ਕੇ ਦਾਤਰਾ ਸਾਹਿਬ ਵਿੱਚੋਂ ਸ੍ਰੀ ਸਾਹਿਬ 'ਤੇ ਤੋੜਤਾ ਅਤੇ ਇਹਨੂੰ ਇਹਦੇ ਨਾਲ ਪਾ ਕੇ ਕੰਧਾਂ ਦੇ ਵਿੱਚ ਮਾਰਿਆ, ਮੇਰੀ ਪੱਗ ਵੀ ਨਿਕਲ ਲੈ ਗਈ। ਉਸ ਤੋਂ ਬਾਅਦ ਜਦੋਂ ਮੈਨੂੰ ਇੰਨਾ ਕੁੱਟਿਆ ਗਿਆ ਮੇਰਾ ਪਿਸ਼ਾਬ ਵਿੱਚੇ ਨਿਕਲਿਆ, ਮੇਰੀ ਲੈਟਰੀਨ ਵੀ ਚਿਹਰੇ ਦੇ ਵਿੱਚ ਆ ਗਈ, ਕਹਿੰਦੇ ਇੱਥੇ ਕਰ ਵਿਚਾਲੇ ਬਿਠਾ ਕੇ ਮੇਰੀ ਉਵੇਂ ਹੀ ਸ੍ਰੀ ਸਾਹਿਬ ਸੁੱਟ ਕੇ ਉਵੇਂ ਹੀ ਆਹ ਗਾਤਰਾ ਸੁੱਟ ਕੇ ਜੀ ਅਤੇ ਮੇਰੇ ਨੱਕ 'ਚੋਂ ਲਹੂ ਵਿਗਣ ਲੱਗ ਗਿਆ। ਜਦੋਂ ਮੇਰੇ ਨੱਕ 'ਤੇ ਸੁੰਨ ਮਰਨਾ ਜੀ, ਅਜੇ ਵੀ ਮੇਰਾ ਨੱਕ ਦਰਦ ਕਰ ਰਿਹਾ, 20 ਦਿਨ ਬਾਅਦ ਬਹੁਤ ਅਜੇ ਸਮੈਲ ਹੈਗਾ ਜੀ, ਮੈਂ ਦਵਾਈ ਖਾਣਾ। ਜਦੋਂ ਆਏ ਸਾਰੇ ਕੱਪੜੇ ਜੀ ਮੇਰੇ ਖੂਨ ਨਾਲ ਭੱਜ ਗਏ। ਫਿਰ ਮੈਂ ਕਿਹਾ ਜੀ ਹੁਣ ਮੈਂ ਮਰ ਜੂੰਗਾ, ਮੈਂ ਜੀ ਵੀ ਮੇਰਾ ਅਜੇ ਕਸੂਰ ਵੀ ਇਹਨੇ ਬਿਨਾਂ ਕੋਲੋਂ ਇੰਨਾ ਟਾਰਚਰ ਹੋ ਰਿਹਾ 1.5 ਘੰਟੇ ਤੋਂ ਅਤੇ ਕੀ। ਫਿਰ ਉਹਨਾਂ ਨੇ ਜੀ ਪਾਣੀ ਲੈ ਕੇ ਮੇਰੇ ਕੱਪੜੇ ਧੋਤੇ, ਕੱਪੜੇ ਧੋ ਕੇ ਫਿਰ ਪੱਗ ਬਣਾਈ, ਪੱਗ ਬਣਾ ਕੇ ਬੈਠ, ਮੈਨੂੰ ਕਹਿੰਦੇ ਵੀ ਜਿਵੇਂ ਤੂੰ ਅਸੀਂ ਬੋਲਾਂਗੇ। ਫਿਰ ਮੇਰੀ ਜੀ ਉਹਨਾਂ ਨੇ ਵੀਡੀਓ ਬਣਾਈ ਵੀ ਮੈਂ ਜੀ ਸੰਗਤ ਨੂੰ ਵਾਲਾਂ ਕੱਟੀਆਂ, ਇੱਥੇ ਜਨਾਨੀਆਂ ਨੂੰ ਛੇੜਿਆ, ਮੈਂ ਗਲਤ ਹਾਂ, ਇੱਥੋਂ ਮੈਨੂੰ ਮਾਰੀ ਦਿੱਤੀ ਜਾਵੇ। ਉਹਦੇ 'ਚ ਮੈਨੂੰ ਧਮਕਾਇਆ ਗਿਆ ਵੀ ਜੇ ਤੂੰ ਬਾਹਰ ਜਾ ਕੇ ਦੱਸਿਆ ਤੇਰੀ ਵੀਡੀਓ ਅਸੀਂ ਪ੍ਰੈਸ 'ਚ ਕਰਾਂਗੇ, ਤੂੰ ਗਾਂਹ ਨੂੰ ਸਾਡੇ ਮੁੰਡੇ ਬੋਲ ਨਹੀਂ ਸਕਦਾ। ਫਿਰ ਜੀ ਦੁਬਾਰਾ ਉਹਨੇ ਸਾਫ਼ ਪੇਪਰ 'ਤੇ ਮੈਥੋਂ ਮੇਰੇ ਹੱਥੀਂ ਸਭ ਕੁਛ ਇਹੀ ਬਿਆਨ ਦੇ ਲਗਾਇਆ ਵੀ ਮੈਂ ਜੀ ਇਹਨਾਂ ਦੇ ਸਾਰਿਆਂ ਮੈਂਬਰਾਂ ਨਾਲ ਸਾਰੇ ਅਤੇ ਜੋ ਸੰਗਤ ਆ ਸਾਰਿਆਂ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਕੀਤਾ, ਛੇੜਖਾਨੀ ਕੀਤੀ ਹੈ ਜੀ, ਕਰਕੇ ਮੇਰੇ ਬੂਠਾ ਲਵਾ ਕੇ ਸੈਨ ਕਰਾ ਕੇ ਉਹਨਾਂ ਨੇ ਜੀ ਰਾਤ ਨੂੰ 8 ਵਜੇ ਬੜੀ ਦਹਿਸ਼ਤ ਨਾਲ ਮੈਨੂੰ ਉੱਥੋਂ ਬਾਜ਼ਾਰ ਦੇ ਵਿੱਚ ਛੱਡ ਕੇ ਗਏ ਬੰਦੇ ਵੀ ਤੂੰ ਕਿਸੇ ਨਾਲ ਗੱਲ ਨਹੀਂ ਕਰਨੀ। ਮੇਰੇ ਖੂਨ ਦੇ ਛਿੱਟੇ ਪਏ ਸੀ ਨਾ ਜੀ, ਸਾਰਾ ਦਰ ਸੀਗਾ ਵੀ ਦੇਖਦੇ ਗਏ ਮਾੜਾ ਜੀ ਲੀਕ ਹੋ ਗਈ। ਮੈਂ ਤਾਂ ਸਹਿਮਦਾ ਮਹਾਰਾਜ ਜੀ, ਰਾਤ ਨੂੰ ਬੋਕੜ 'ਚ ਪਿਆ, ਸੁਬਹਾ ਮੈਂ ਮੁੜ ਕੇ ਅਗਲੇ ਦਿਨ ਮੁੜ ਕੇ ਆਇਆ ਜੀ, ਮੁੜ ਕੇ ਹਫ਼ਤਾ ਦਾ ਜਿਹੜਾ ਮਿੰਟ ਹੀ ਰਿਹਾ ਦਵਾਈ ਖਾਧੀ। ਫਿਰ ਮੈਂ ਜੀ ਦਸੇ ਬੰਦੀਆਂ ਕੋਲ ਗੱਲ ਉਠਾਈ, ਸਿੱਖ ਜਿਹੜੇ ਬੰਦੀਆਂ ਕੋਲ ਆਪਦੇ ਜੋ ਜੀ ਨਾਲ ਸੰਬੰਧ ਸੀ ਸ਼੍ਰੋਮਣੀ ਕਮੇਟੀ ਵਾਲੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ। ਉਲਟੇ ਮੇਰੇ 'ਤੇ ਇਲਜ਼ਾਮ ਲਾਉਣ ਲੱਗ ਗਏ ਵੀ ਇਹ ਜਨਾਨੀਆਂ ਛੇੜ ਦਿਓ। ਮੁੜ ਕੇ ਜਦੋਂ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਜੀ ਇਹੀ ਗੱਲ ਆ, ਮੈਂ ਕਿਹਾ ਜੀ ਮੈਂ ਸੱਚਾਂ ਗੁਰਸਿੱਖ ਹੋ ਗਿਆ, ਮੈਂ ਝੂਠ ਨਹੀਂ ਬੋਲਣਾ ਵੀ ਤੁਸੀਂ ਆਪਦੇ ਕੈਮਰੇ ਦੀ ਰਿਕਾਰਡਿੰਗ ਕਢਾਓ। ਫਿਰ ਸਾਡੇ ਸੰਬੰਧਿਤ ਮੈਂਬਰ ਸੀ ਜਿਹੜੇ ਚੰਡੀਗੜ੍ਹ ਤੋਂ ਵੀ ਸੁਖਵੀਰ ਜੀ ਨੇ ਭੇਜੇ ਸੀਗੇ ਬਾਦਲ ਸਾਹਿਬ ਨੇ, ਇਹਨਾਂ ਨੇ ਉਹ ਬੰਦਿਆਂ ਨੇ ਰਿਕਾਰਡਿੰਗ ਕਢਾਈ, ਉਹਦੇ ਵਿੱਚ ਕੋਈ ਉਹ ਜੀ ਗਲਤ ਗੱਲ ਨਹੀਂ ਆਈ। ਸਾਡੀ ਬਹਿਸ ਆਈ ਆ ਜੀ ਲਾਜ਼ਮੀ ਸੇਵਾਦਾਰਾਂ ਨਾਲ ਕੈਦੀ ਦੀ ਵੀ, ਹਾਂ ਬਈ ਜੀ ਆ ਹੋਣਾ ਚਾਹੀਦਾ ਹੋਣਾ ਚਾਹੀਦਾ। ਇਹ 'ਚ ਕੋਈ ਐਡਾ ਮੈਨੂੰ ਬੈਠ ਕੇ ਵੀ ਇਹ ਗੱਲ ਕਹਿ ਸਕਦੇ ਸੀਗੇ ਵੀ ਭਾਈ ਜੀ ਇਹ ਬਈ ਤੁਸੀਂ ਗਲਤ ਹਾਂ, ਉੱਥੇ ਇਹ ਇੰਟੈਰੋਗੇਟ ਦਾ ਮਸਲਾ ਨਹੀਂ, ਉਹ ਤਾਂ ਲੱਫੜ ਨਹੀਂ ਮਾਰ ਸਕਦੇ। ਪਰ ਮੇਰੇ ਤਾਂ ਜੀ 250 ਇੰਨਾ ਵੱਜ ਗਿਆ ਵੀ ਮੇਰੀ ਸਭ ਤੋਂ ਨੱਕ ਨੁੱਕ ਫੇਰ ਤਾਂ ਮੇਰਾ ਬੁਰਾ ਹਾਲ ਆ, ਇੱਕ ਮੈਨੂੰ ਮਾਰਿਆ ਨਹੀਂ ਗਿਆ ਅਤੇ ਮੈਂ ਇੰਨਾ ਜਲੀਲ ਹੋ ਗਿਆ, ਜ਼ਿੰਦਗੀ 'ਚ ਕਿ ਸੋਚਿਆ ਨਹੀਂ ਸੀ। ਕਿ ਉਹ ਕਿੰਨੀ ਉਮਰ ਦੇ ਸੀਗੇ ਇਹ ਬੰਦੇ ਜਿਨ੍ਹਾਂ ਨੇ ਤੁਹਾਨੂੰ ਜਲੀਲ ਕੀਤਾ? 40-45 ਸਾਲ ਦੇ ਸੀ ਉਹਨਾਂ ਦਾ ਮੇਨ ਬੰਦਾ ਸੁਖਵੀਰ ਸਿੰਘ ਸੀਗੀ, ਉੱਥੋਂ ਦਾ ਇੰਚਾਰਜ ਸੀ ਜਿਵੇਂ ਹੈੱਡ, ਬਾਕੀ ਸਾਰੇ ਨਾਲ ਦੇ ਸੇਵਾਦਾਰ ਸੀ ਉਹਨਾਂ ਦੇ ਜੀ। ਹਾਂ 3-4 ਕੈਮਰੇ ਵਾਲੇ, 3-4 ਡੰਗਾਂ ਵਾਲੇ ਸੀ, ਨੀਲੇ ਝੋਲਿਆਂ ਵਾਲੇ। ਇਹ ਬਾਹਲੀ ਰਲੀ, ਇਹ ਦੋ ਬਹੁਤ ਰਲੀ ਮਿਲੀ ਭੁਗਤਣਾ ਹੋਇਆ। ਨੱਕ ਦੇ ਵਿੱਚੋਂ ਖੂਨ ਬਹੁਤ ਵਗਿਆ ਜੀ, ਨੱਕ ਦੇ ਵਿੱਚ ਸੁੰਨ ਮਾਰੇ ਜੀ, ਗਲਤ ਸ਼ਬਦਾਵਲੀ ਬੋਲੀ ਵੀ ਤੂੰ ਚੂੜੇ ਦਾ ਪੁੱਤ ਆ, ਤੂੰ ਚਮਿਆਰ ਦਾ ਪੁੱਤ ਆ, ਗਾਲ ਤੋਂ ਬਿਨਾਂ ਗੱਲ ਨਹੀਂ ਕੱਢੀ, ਗਾਲ ਹੀ ਕੱਢੀ ਗਏ, ਗਾਲਾਂ ਹੀ ਕੱਢੀ ਗਏ। ਨਾ ਮਨ 'ਚ ਨਹੀਂ ਸੀ ਇਹ ਗੱਲ ਵੀ ਆ ਸੱਚ ਨਾਲ ਹੋ ਜੂਗਾ, ਸਾਨੂੰ ਬੜਾ ਭਿੱਖਲ ਕੇ ਉਹ ਅਸੀਂ ਦੇਖ ਲਏ 30 ਤਰੀਕ ਨੂੰ, 30 ਜੁਲਾਈ ਨੂੰ ਸ਼ਾਮ ਨੂੰ 6:30 ਵਜੇ ਜੀ 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 30 ਜੁਲਾਈ ਨੂੰ ਸ਼ਾਮ ਨੂੰ 6:30 ਵਜੇ ਉੱਥੋਂ ਸਾਨੂੰ ਜੀ ਬਸ ਇੱਕ ਬਹਾਨਾ ਜਿਹਾ ਮਾਰ ਕੇ ਲੈ ਗਏ ਵੀ ਜਿਵੇਂ ਆਪਾਂ ਕਹਿ ਦਿੰਦੇ ਵੀ ਚਲੋ ਉਹ ਤਾਂ ਹਰੇਕ ਬੰਦਾ ਜਾ ਹੀ ਮਰਦਾ, ਚਲੋ ਕੋਈ ਨਾ ਗੁਰੂ ਘਰ ਦਾ ਸਪਲਾਇਆ ਹੋਊਗਾ।
ਪਰ ਸਾਨੂੰ ਇਹ ਨਹੀਂ ਪਤਾ ਵੀ ਜੀ ਉਦੋਂ ਹੀ ਗੇਟ ਬੰਦ ਹੋ ਜਾਣੇ ਆ, ਜਦੋਂ ਗੇਟ ਬੰਦ ਹੋ ਗਏ ਇੰਨੀ ਬੁਰੀ ਤਰ੍ਹਾਂ ਜੀ ਸਾਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ। ਹਫ਼ਤਾ ਤਾਂ ਅਸੀਂ ਪੂਰਾ ਜੀ ਐਡਮਿਟ ਰਿਹਾ, ਤੁਰਿਆ ਨਹੀਂ ਗਿਆ ਸਾਥੋਂ, ਆਹ ਸਾਰੀ ਢੂਈ ਦੇ ਵਿੱਚ ਜਦੋਂ ਇਹਨਾਂ ਨੇ ਕੀਤਾ ਜੀ ਨੱਕ ਦੇ ਵਿੱਚੋਂ ਖੂਨ ਵਹਿੰਦਾ ਜੀ, ਸਾਰੇ ਕੱਪੜੇ ਆਏ ਨਾ ਲੱਥ-ਪੱਥ ਹੋ ਗਏ ਕੱਪੜੇ, ਸਾਡਾ ਸ੍ਰੀ ਸਾਹਿਬ ਵਗੈਰਾ ਸਾਰਾ ਘਰ ਪੱਗ ਪੁੱਗ ਸਭ ਕੁਝ ਲੈ ਚੁੱਕਿਆ ਸੀਗਾ ਉਸ ਟਾਈਮ। ਫਿਰ ਇਹਨਾਂ ਨੇ ਪਾਣੀ ਮੰਗਾ ਕੇ ਬਾਲਟੀਆਂ ਉੱਪਰ ਕੱਪੜੇ ਵੀ ਧੋਏ, ਸਾਫ਼ ਕੀਤਾ, ਸਾਰੀ ਪੱਗ ਬਣਾ ਕੇ ਫਿਰ ਮੈਨੂੰ ਵਿਖਾਇਆ, ਮੇਰੀ ਫਿਲਮ ਬਣਾਈ ਐਨ ਪੂਰੀ ਤਸੱਲੀ ਨਾਲ, ਮੁੜ ਕੇ ਬਾਜ਼ਾਰ ਚੜ ਕੇ ਗਏ ਵੀ ਜਾ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।